ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਦੀ ਇਹ ਫਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ ਤਾਂ 3 ਕੱਟ ਅਤੇ 10 ਬਦਲਾਵਾਂ ਦਾ ਸੁਝਾਅ CBFC ਦੇ ਵੱਲੋਂ ਦਿੱਤਾ ਗਿਆ ਸੀ ਔਰ ਦੱਸਿਆ ਜਾ ਰਿਹਾ ਕਿ ਜੋ ਮੇਕਰਸ ਨੇ ਉਹਨਾਂ ਦੇ ਵੱਲੋਂ 1 ਕੱਟ ਨੂੰ ਛੱਡ ਕੇ ਬਾਕੀ ਸਾਰੇ ਜੋ ਬਦਲਾਵ ਨੇ ਉਹਨਾਂ ਨੂੰ ਕਰ ਦਿੱਤਾ ਗਿਆ, ਜਿਸ ਕਰਕੇ ਫਿਲਮ ਨੂੰ ਹੁਣ ਜਲਦ ਹੀ ਰਿਲੀਜ਼ ਕੀਤਾ ਜਾ ਸਕਦਾ ਹੈ। ਤਾਂ CBFC ਦੇ ਵੱਲੋਂ ਜੋ ਬਦਲਾਵ ਕਰਨ ਲਈ ਕਿਹਾ ਗਿਆ ਸੀ ਮੇਕਰਸ ਨੂੰ, ਤਾਂ ਉਹਨਾਂ ਬਦਲਾਵਾਂ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਔਰ ਦੱਸ ਦਈਏ ਕਿ ਫਿਲਮ ਰਿਲੀਜ਼ ਨਾ ਹੋਣ ਨੂੰ ਲੈ ਕੇ ਕੰਗਨਾ ਰਣੌਤ ਦੇ ਵੱਲੋਂ ਬੰਬੇ ਹਾਈ ਕੋਰਟ ਦਾ ਰੁੱਖ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਉੱਥੇ ਸਪਸ਼ਟ ਕੀਤਾ ਸੀ ਕਿ ਫਿਲਮ ਦੇ ਵਿੱਚ ਕਈ ਬਦਲਾਵ ਹੋਣ ਵਾਲੇ ਨੇ, ਫਿਲਮ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹਨਾਂ ਨੂੰ ਬਦਲਿਆ ਜਾਣਾ ਜ਼ਰੂਰੀ ਹੈ ਅਤੇ ਇਤਿਹਾਸਕ ਗੱਲਾਂ ਜੋ ਉਸ ਦੇ ਵਿੱਚ ਦਰਸਾਈਆਂ ਗਈਆਂ ਨੇ ਤਾਂ ਉਹਨਾਂ ਨੂੰ ਲੈ ਕੇ ਪ੍ਰਮਾਣ ਵੀ ਮੰਗੇ ਗਏ ਸੀ, ਸਰੋਤ ਮੰਗੇ ਗਏ ਸੀ ਕਿ ਆਖਿਰ ਕਿੱਥੋਂ ਤੁਸੀਂ ਇਹ ਚੀਜ਼ਾਂ ਸਾਰੀਆਂ ਚੱਕੀਆਂ ਨੇ। ਤਾਂ ਉਹ ਸਾਰੀਆਂ ਜਦੋਂ ਜਾਣਕਾਰੀ ਮੇਕਰਸ ਦੇ ਵੱਲੋਂ ਪ੍ਰੋਵਾਈਡ ਕਰਵਾ ਦਿੱਤੀ ਗਈ ਤਾਂ ਹੁਣ ਫਿਲਮ ਦੀ ਰਿਲੀਜ਼ ਦਾ ਰਾਹ ਪੱਧਰਾ ਹੋ ਚੁੱਕਾ ਹੈ। ਤਾਂ ਬੰਬੇ ਹਾਈ ਕੋਰਟ ਨੇ CBFC ਨੂੰ 18 ਸਤੰਬਰ ਤੱਕ ਫਿਲਮ ਰਿਲੀਜ਼ ਨੂੰ ਲੈ ਕੇ ਜੋ ਸਰਟੀਫਿਕੇਟ ਜਾਰੀ ਕਰਨ ਦੇ ਹੁਕਮ ਦਿੱਤੇ ਸੀ ਔਰ ਕਿਹਾ ਗਿਆ ਸੀ ਕਿ ਜੇਕਰ ਇਹ ਸਾਰੀ ਗੱਲਾਂ 'ਤੇ ਸਹਿਮਤੀ ਬਣਦੀ ਹੈ ਤਾਂ 18 ਤਰੀਕ ਤੱਕ ਇਸ ਨੂੰ ਸਰਟੀਫਿਕੇਟ ਜਾਰੀ ਕਰਨ ਤੱਕ ਜੋ ਕੋਈ ਵੀ ਫੈਸਲਾ ਉਹ ਜਲਦ ਤੋਂ ਜਲਦ ਲਿਆ ਜਾਵੇ। ਤਾਂ 18 ਤਰੀਕ ਤੱਕ ਫਿਲਮ ਨੂੰ ਰਿਲੀਜ਼ ਕਰਨ ਬਾਰੇ, ਫਿਲਮ ਨੂੰ ਸਰਟੀਫਿਕੇਟ ਦੇਣ ਬਾਰੇ ਮੇਕਰਸ ਜੋ ਫੈਸਲਾ CBFC ਦੇ ਵੱਲੋਂ ਲਿਆ ਜਾਣਾ ਹੈ ਔਰ ਦੇਖਣਾ ਹੋਵੇਗਾ ਕਿ ਹੁਣ ਜਦੋਂ ਫਿਲਮ ਦੇ ਵਿੱਚ ਚੇਂਜਿਸ ਜੋ ਕਿਹਾ ਗਿਆ ਸੀ ਉਹ ਕਰ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ CBFC ਦਾ ਕੀ ਰੁੱਖ ਰਹਿੰਦਾ ਹੈ। ਤਾਂ CBFC ਜਿਨ੍ਹਾਂ ਦੇ ਵੱਲੋਂ ਫਿਲਮਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਨੇ ਔਰ 6 ਸਤੰਬਰ ਨੂੰ ਕੰਗਨਾ ਰਣੌਤ ਦੀ ਫਿਲਮ ਜਾਰੀ ਹੋਣੀ ਸੀ ਪਰ ਫਿਲਮ ਰਿਲੀਜ਼ ਦੇ ਉੱਤੇ ਉਸ ਸਮੇਂ ਰੋਕ ਲੱਗ ਜਾਂਦੀ ਹੈ ਜਦੋਂ CBFC ਦੇ ਵੱਲੋਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਂਦਾ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਯਾਨੀ ਕਿ CBFC ਨੇ ਫਿਲਮ ਨੂੰ ਲੈ ਕੇ 3 ਕੱਟਾਂ ਦੇ ਵਿੱਚ ਕੁੱਲ 10 ਸੁਝਾਅ ਜੋ ਬਦਲਾਵ ਕਰਨ ਦਾ ਜੋ ਸੁਝਾਅ ਦਿੱਤੇ ਗਏ ਸੀ ਔਰ ਜੋ ਫਿਲਮ ਮੇਕਰਸ ਨੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਇਹਨਾਂ ਬਦਲਾਵਾਂ ਦੇ ਉੱਤੇ ਕੰਮ ਕਰਦੇ ਹੋ ਅਤੇ ਜੇਕਰ ਤੁਸੀਂ ਇਹ ਸੀਨ ਕੱਟ ਦਿੰਦੇ ਹੋ ਤਾਂ ਫਿਰ ਫਿਲਮ ਨੂੰ ਰਿਲੀਜ਼ ਕਰਨ ਬਾਰੇ, ਫਿਲਮ ਨੂੰ ਸਰਟੀਫਿਕੇਟ ਦੇਣ ਬਾਰੇ ਸੋਚਿਆ ਜਾਵੇਗਾ। ਤਾਂ ਜੋ ਬੰਬੇ ਹਾਈ ਕੋਰਟ ਦਾ ਰੁੱਖ ਵੀ ਕੀਤਾ ਗਿਆ ਸੀ ਮੇਕਰਸ ਦੇ ਵੱਲੋਂ ਔਰ ਜੋ ਬੰਬੇ ਹਾਈ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਏ ਤਾਂ ਉਹਨਾਂ ਦੇ ਵੱਲੋਂ CBFC ਨੂੰ ਕਿਹਾ ਗਿਆ ਕਿ 18 ਸਤੰਬਰ ਤੱਕ ਫਿਲਮ ਨੂੰ ਰਿਲੀਜ਼ ਕਰਨ ਦੇ ਬਾਰੇ, ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਦੇ ਬਾਰੇ ਕੋਈ ਫੈਸਲਾ ਲਿਆ ਜਾਵੇ ਅਤੇ ਜੇਕਰ ਫਿਲਮ ਨੂੰ ਸਰਟੀਫਿਕੇਟ 18 ਤਰੀਕ ਤੱਕ ਮਿਲ ਜਾਂਦਾ ਤਾਂ ਉਸ ਤੋਂ ਬਾਅਦ ਫਿਲਮ ਰਿਲੀਜ਼ ਦਾ ਰਾਹ ਪੱਧਰਾ ਹੋ ਜਾਂਦਾ ਹੈ। ਤਾਂ ਫਿਲਹਾਲ ਜੋ ਬਦਲਾਵ ਕਹਿ ਗਏ ਸੀ, 3 ਕੱਟ ਕਹਿ ਗਏ ਸੀ ਔਰ 10 ਬਦਲਾਵ ਫਿਲਮ ਦੇ ਵਿੱਚ ਕਹਿ ਗਏ ਸੀ ਉਹਨਾਂ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਫਿਲਮ ਮੇਕਰਸ ਦੇ ਵੱਲੋਂ। ਔਰ ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਵਿੱਚ ਕੁਝ ਸੀਨ ਸੀ ਜਿਨ੍ਹਾਂ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਸੀ। ਇਹਨਾਂ ਦੇ ਵਿੱਚ ਇੱਕ ਸੀਨ ਹੈ ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਵੱਲੋਂ ਭਾਰਤੀਆਂ ਦੇ ਉੱਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਭਾਰਤੀ ਔਰਤਾਂ ਨੂੰ ਟਾਰਗੇਟ ਕੀਤਾ ਜਾਂਦਾ ਅਤੇ ਵਿੰਸਟਨ ਚਰਚਲ ਦੀ ਟਿੱਪਣੀ ਵੀ ਇਸ ਦੇ ਵਿੱਚ ਸ਼ਾਮਿਲ ਹੈ ਜਿਸ ਵਿੱਚ ਭਾਰਤੀਆਂ ਨੂੰ ਖਰਗੋਸ਼ਾਂ ਵਾਂਗ ਬੱਚੇ ਪੈਦਾ ਕਰਨ ਵਾਲੇ ਦੱਸਿਆ ਗਿਆ ਸੀ। ਤਾਂ ਨਿਰਮਾਤਾਵਾਂ ਨੂੰ ਦੋਵਾਂ ਵਿਵਾਦਿਤ ਜੋ ਬਿਆਨ ਨੇ ਉਹਨਾਂ ਦੇ ਸਰੋਤ ਪ੍ਰਦਾਨ ਕਰਨ ਨੂੰ ਕਿਹਾ ਗਿਆ ਸੀ ਔਰ ਉੱਥੇ ਹੀ ਦੂਸਰੇ ਪਾਸੇ 8 ਜੁਲਾਈ ਨੂੰ ਨਿਰਮਾਤਾਵਾਂ ਨੇ ਫਿਲਮ ਨੂੰ ਬੋਰਡ ਦੇ ਕੋਲ ਪਾਸ ਕਰਨ ਲਈ ਸੌਂਪਿਆ ਸੀ ਪਰ 8 ਅਗਸਤ ਨੂੰ ਫਿਲਮ ਦੇ ਵਿੱਚ ਇਹਨਾਂ 3 ਕੱਟਾਂ ਸਮੇਤ 10 ਬਦਲਾਵ ਕਰਨ ਦੇ ਸੁਝਾਅ ਭੇਜੇ ਗਏ ਸੀ। CBFC ਨੇ ਮਨੀਕਰਨਿਕਾ ਫਿਲਮ ਪ੍ਰਾਈਵੇਟ ਲਿਮਿਟਡ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ UA ਸਰਟੀਫਿਕੇਟ ਲਈ ਲੋੜੀਂਦੇ 10 ਕੱਟਾਂ ਸੋਧਾਂ ਦੀ ਸੂਚੀ ਭੇਜੀ ਗਈ ਸੀ। ਤਾਂ
ਫਿਲਹਾਲ ਇਸ ਸਾਰੀ ਜੋ ਜਾਣਕਾਰੀ ਹੈ ਤੇ ਮਿਲ ਰਹੀ ਹੈ ਕਿ ਇਸ ਦੇ ਵਿੱਚ ਜੋ ਬਦਲਾਵ ਸੁਝਾਅ ਕੀਤੇ ਗਏ ਸੀ ਤਾਂ ਉਹਨਾਂ ਨੂੰ ਕਰ ਦਿੱਤਾ ਗਿਆ ਹੈ, ਮੇਕਰਸ ਦੇ ਵੱਲੋਂ ਸਹਿਮਤੀ ਜਤਾ ਦਿੱਤੀ ਗਈ ਹੈ ਤੇ ਜਲਦ ਹੀ ਜਦੋਂ ਇਹ ਬਦਲਾਵ ਫਿਲਮ ਦੇ ਵਿੱਚ ਕਰ ਦਿੱਤੇ ਜਾਣਗੇ ਤਾਂ ਉਸ ਤੋਂ ਬਾਅਦ ਫਿਲਮ ਰਿਲੀਜ਼ ਕੀਤੀ ਜਾ ਸਕੇਗੀ। ਤਾਂ 6 ਸਤੰਬਰ ਨੂੰ ਫਿਲਮ ਨੇ ਰਿਲੀਜ਼ ਹੋਣਾ ਸੀ ਪਰ ਇਹਨਾਂ ਬਦਲਾਵਾਂ ਦੇ ਚੱਲਦੇ ਜੋ ਫਿਲਮ ਦੇ ਵਿੱਚ ਕੁਝ ਕਮੀਆਂ ਸੀ ਤਾਂ ਉਹਨਾਂ ਦੇ ਚੱਲਦੇ ਫਿਲਮ ਰਿਲੀਜ਼ ਨਹੀਂ ਕੀਤੀ ਜਾ ਗਈ, ਕਿਉਂਕਿ ਵੱਖ ਵੱਖ ਧਰਮਾਂ ਦੇ ਜੋ ਲੋਕ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਫਿਲਮ ਦੇ ਵਿੱਚ ਕੁਝ ਵਿਵਾਦਿਤ ਸੀਨ ਨੇ ਜਿਨ੍ਹਾਂ ਦੇ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਸੀ, ਖਾਸ ਤੌਰ 'ਤੇ SGPC ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ। ਕਿਹਾ ਗਿਆ ਸੀ ਕਿ ਜਾਣ ਬੁੱਝ ਕੇ ਫਿਲਮ ਦੇ ਵਿੱਚ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇਸ ਤਰ੍ਹਾਂ ਦੇ ਜਿੰਨੇ ਵੀ ਬਿਆਨ ਸਾਹਮਣੇ ਆ ਰਹੇ ਸੀ, ਜਿੰਨੇ ਵੀ ਇਤਰਾਜ਼ ਜਿਤਾਏ ਜਾ ਰਹੇ ਸੀ, ਤਾਂ ਸੈਂਸਰ ਬੋਰਡ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਹਨਾਂ ਇਤਰਾਜ਼ਾਂ ਨੂੰ ਦੂਰ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਹੀ ਫਿਲਮ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਤਾਂ ਹੁਣ ਦੇਖਣਾ ਹੋਵੇਗਾ ਕਿ ਫਿਲਮ ਦੇ ਵਿੱਚ ਜਿਹੜੇ ਬਦਲਾਵ ਕਰ ਦਿੱਤੇ ਗਏ ਨੇ ਕਿ ਉਸ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ CBFC ਹੁਣ ਇਹਨਾਂ ਨੂੰ UA ਸਰਟੀਫਿਕੇਟ ਜਾਰੀ ਕਰਦੀ ਹੈ ਜਾਂ ਨਹੀਂ, ਅਤੇ ਜੇਕਰ UA ਸਰਟੀਫਿਕੇਟ ਜਾਰੀ ਹੋ ਜਾਂਦਾ ਹੈ ਤਾਂ ਕੰਗਨਾ ਰਣੌਤ ਦੀ ਫਿਲਮ ਰਿਲੀਜ਼ ਹੋਵੇਗੀ। ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਦੇ ਵੱਲੋਂ ਇੱਕ ਪੋਸਟ ਵੀ ਪਾਈ ਗਈ ਸੀ ਜਿੱਥੇ ਉਹ ਦੁੱਖ ਦਾ ਪ੍ਰਗਟਾਵਾ ਕਰਦੀ ਹੈ 6 ਸਤੰਬਰ ਨੂੰ ਫਿਲਮ ਨੇ ਰਿਲੀਜ਼ ਹੋਣਾ ਸੀ, ਪਰ ਕੰਗਨਾ ਰਣੌਤ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਜਦੋਂ ਫਿਲਮ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਕੰਗਨਾ ਰਣੌਤ ਦੀ ਪੋਸਟ ਸਾਹਮਣੇ ਆਉਂਦੀ ਹੈ। ਕਹਿੰਦੀ ਹੈ ਕਿ ਬੜੇ ਦੁਖੀ ਮਨ ਦੇ ਨਾਲ ਆਪਣੇ ਦਰਸ਼ਕਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਫਿਲਮ ਅੱਜ ਰਿਲੀਜ਼ ਨਹੀਂ ਹੋਵੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਜਦੋਂ ਰਿਲੀਜ਼ ਹੋਵੇਗੀ ਤਾਂ ਉਸਦੀ ਜਾਣਕਾਰੀ ਦਰਸ਼ਕਾਂ ਨੂੰ ਜ਼ਰੂਰ ਦਿੱਤੀ ਜਾਵੇਗੀ। ਤਾਂ ਫਿਲਹਾਲ ਫਿਲਮ ਰਿਲੀਜ਼ ਦਾ ਰਾਹ ਪੱਧਰਾ ਹੋ ਚੁੱਕਾ ਹੈ, ਦੇਖਣਾ ਹੋਵੇਗਾ ਕਿ ਕੰਗਨਾ ਰਣੌਤ ਦੀ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ, ਕਿਉਂਕਿ 18 ਸਤੰਬਰ ਤੱਕ ਜੋ ਮੇਕਰਸ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਮੇਕਰਸ ਨੂੰ ਕਿ ਇਸ ਦੇ ਵਿੱਚ ਬਦਲਾਵ ਕੀਤੇ ਜਾਣ। ਦੂਸਰੇ ਪਾਸੇ ਜੋ CBFC ਹੈ ਤਾਂ ਉਸਨੂੰ ਹੁਕਮ ਦਿੱਤੇ ਗਏ ਸੀ ਕਿ 18 ਸਤੰਬਰ ਤੱਕ ਇਸ ਨੂੰ ਸਰਟੀਫਿਕੇਟ ਜਾਰੀ ਕਰਨ ਉੱਤੇ ਫੈਸਲਾ ਜ਼ਰੂਰ ਲਿਆ ਜਾਵੇ, ਜਾਂ ਤਾਂ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇ ਜਾਂ ਬਿਲਕੁਲ ਰੱਦ ਕੀਤਾ ਜਾਵੇ ਔਰ ਫਿਲਮ ਰਿਲੀਜ਼ ਹੋਵੇਗੀ ਜਾਂ ਨਹੀਂ ਹੋਵੇਗੀ। ਤਾਂ ਇਸ ਬਾਰੇ 18 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਜ਼ਰੂਰ ਲਿਆ ਜਾਵੇ। ਤਾਂ ਹੁਣ ਦੇਖਣਾ ਹੋਵੇਗਾ ਕਿ ਫਿਲਮ ਦੇ ਵਿੱਚ ਜੋ ਲੋੜੀਂਦੇ 3 ਕੱਟ ਕਹਿ ਗਏ ਸੀ ਔਰ 10 ਬਦਲਾਵ ਕਰਨ ਦੇ ਹੁਕਮ ਦਿੱਤੇ ਗਏ ਸੀ ਤਾਂ ਉਹਨਾਂ ਦੇ ਵਿੱਚ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿ ਉਹ ਕੱਟ ਲਗਾ ਦਿੱਤੇ ਗਏ ਨੇ, ਕਿ ਉਹ ਜੋ ਬਦਲਾਵ ਕਰਨ ਨੂੰ ਦਿੱਤੇ ਗਏ ਸੀ ਤਾਂ ਉਹ ਪੂਰੇ ਉਸੇ ਤਰੀਕੇ ਦੇ ਨਾਲ ਕੀਤੇ ਗਏ ਨੇ ਜਿਸ ਤਰ੍ਹਾਂ ਦਾ ਸੈਂਸਰ ਬੋਰਡ ਦੇ ਵੱਲੋਂ ਕਿਹਾ ਗਿਆ ਸੀ। ਔਰ ਉਸ ਤੋਂ ਬਾਅਦ ਹੁਣ ਸੈਂਸਰ ਬੋਰਡ ਦਾ ਕੀ ਪ੍ਰਤੀਕਰਮ ਇਸ ਦੇ ਹੁੰਦਾ ਹੈ ਤਾਂ ਇਹ ਦੇਖਣ ਵਾਲਾ ਰਹੇਗਾ ਕਿ ਕਦੋਂ ਕੰਗਨਾ ਰਣੌਤ ਦੀ ਇਹ ਫਿਲਮ ਰਿਲੀਜ਼ ਕੀਤੀ ਜਾਂਦੀ ਹੈ।